ਸਰਕਾਰ ਕਹਿੰਦੀ ਕਿ ਅਸੀਂ ਕਿਸਾਨ ਦੀ ਆਮਦਨ ਵਧਾਉਣੀ ਚਾਹੁੰਦੇ ਹਾਂ, ਜਦੋਂ ਤੁਸੀਂ ਉਹਦੇ ਹੱਕ ਦੇ ਵਿੱਚ ਗੱਲ ਕਰਦੇ ਹੋ ਤਾਂ ਤੁਹਾਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦੇਣਾ। ਕਿਸਾਨ ਦਾ ਅਤੇ ਦੁਕਾਨਦਾਰ ਦਾ ਰਿਸ਼ਤਾ ਜਿਹੜਾ ਇੱਕ ਦੂਜੇ ਤੋਂ ਬਗੈਰ ਅਧੂਰਾ ਹੀ ਆ। ਬੀਜੇਪੀ ਦੇ ਲੀਡਰ ਸ਼ੀਸ਼ੇ ਭੰਨ ਰਹੇ ਸੀ ਕਿਸਾਨ ਉਹਨਾਂ ਦੇ ਜਦੋਂ ਨਿਕਲਦੇ ਸੀ ਨਾ, ਅਸੀਂ ਪੰਜਾਬ ਨਾਲ ਖੜੇ ਨਹੀਂ ਹੋਏ ਉਸ ਵੇਲੇ ਬੀਜੇਪੀ ਸੀ ਨਾ, ਅਤੇ ਉਹਦਾ ਖਮਿਆਜ਼ਾ ਜਿਹੜਾ ਵਾ ਉਹ ਅੱਜ ਤੱਕ ਇਹਨਾਂ ਨੂੰ ਭੁਗਤਣਾ ਪੈ ਰਿਹਾ। ਇਹ ਸਬਜ਼ ਬਾਗ ਵਿਖਾ ਕੇ ਨਾ ਇਹਨਾਂ ਨੂੰ ਪਰਾਲੀ 'ਚੋਂ ਤੇਲ ਕੱਢਾਂਗੇ, ਪਰਾਲੀ ਲੈ ਜਾਓ, ਤੇਲ ਕੱਢਦੇ ਰਹੋ। ਸਕਰੀਨਾਂ ਦੇ ਉੱਤੇ ਗੁਰਬਾਣੀ ਚੱਲਦੀ ਸੀ, ਅੱਜ ਭਗਵੰਤ ਮਾਨ ਦੀ ਫੋਟੋ ਚੱਲਦੀ ਹੈ। ਜੰਗ ਦੇ ਜਰਨੈਲ ਦੇ ਵਿੱਚ ਅੱਜ ਗੱਲ ਕਰਾਂਗੇ ਅਨਿਲ ਜੋਸ਼ੀ ਦੇ ਨਾਲ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਵਾਰ ਅੰਮ੍ਰਿਤਸਰ ਲੋਕ ਸਭਾ ਤੋਂ ਉਮੀਦਵਾਰ ਬਣਾਇਆ ਗਿਆ। ਤਾਂ ਗੁਰੂ ਨਗਰੀ ਹੈ ਅੰਮ੍ਰਿਤਸਰ, ਔਰ ਅੱਜ ਵਿਸਾਖੀ ਦੇ ਦਿਹਾੜੇ ਤੇ ਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਵੀ ਪਹੁੰਚੇ ਨੇ, ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਇਸ ਵੇਲੇ ਠੀਕ ਹਰਿਮੰਦਰ ਸਾਹਿਬ ਦੇ ਬਾਹਰ ਆ। ਔਰ ਸਾਡੇ ਨਾਲ ਅਨਿਲ ਜੋਸ਼ੀ ਨੇ, ਸਭ ਤੋਂ ਪਹਿਲਾਂ ਤਾਂ ਜੋਸ਼ੀ ਸਾਹਿਬ ਬਹੁਤ ਬਹੁਤ ਮੁਬਾਰਕਾਂ, ਤੁਹਾਨੂੰ ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਮੈਦਾਨ ਦੇ ਵਿੱਚ ਉਤਾਰਿਆ ਗਿਆ। ਸਭ ਤੋਂ ਪਹਿਲਾਂ ਸਵਾਲ ਹੀ ਮੇਰਾ ਇਹ ਕਿ ਹੁਣ ਤੱਕ ਇੱਕ ਹੋਰ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਵਿਚਰਦੇ ਰਹੇ ਹੋ, ਪਰ ਅੱਜ ਜੇਕਰ ਮੈਂ ਪਹਿਰਾਵੇ ਦੀ ਵੀ ਗੱਲ ਕਰਾਂ, ਹਾਲਾਂਕਿ ਗੁਰੂ ਘਰ ਦੇ ਅਸੀਂ ਬਾਹਰ ਖੜੇ ਹਾਂ, ਕੀ ਕਹਿਣਾ ਚਾਹੋਗੇ ਅੱਜ ਵਿਸਾਖੀ ਦਾ ਦਿਨ ਵੀ ਹੈ? ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਰਾਜੀਵ ਜੀ ਤੁਹਾਨੂੰ ਵੀ। ਡਿੱਠੇ ਸੱਭੇ ਥਾਮ ਨਹੀਂ ਤੁਧ ਜਿਹਾ, ਇਹ ਅਸਥਾਨ ਉਹ ਆ ਜਿੱਥੇ ਦੁਨੀਆਂ ਭਰ ਦੇ ਲੋਕ ਲੋਚਦੇ ਆ ਕਿ ਇੱਥੇ ਆਈਏ, ਨਤਮਸਤਕ ਹੋਈਏ। ਅੱਜ ਵਿਸਾਖੀ ਦਾ ਬਹੁਤ ਵੱਡਾ ਦਿਨ ਆ, ਖਾਲਸਾ ਸਾਜਨਾ ਦਿਵਸ। ਸਰਬੰਸ ਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਜ਼ੁਲਮ ਦੇ ਖਿਲਾਫ਼ ਲੜਨ ਵਾਸਤੇ ਖਾਲਸਾ ਪੰਥੀ ਸਾਜਨਾ ਕੀਤੀ ਸੀ। ਅੱਜ ਫਸਲਾਂ ਪ੍ਰਵਾਨ ਚੜ੍ਹਦੀਆਂ, ਕਿਸਾਨਾਂ ਵਾਸਤੇ ਬੜਾ ਵੱਡਾ ਦਿਨ ਆ। ਵਿਸਾਖੀ ਦਾ ਵਾਢੀਆਂ ਪਾਉਂਦੇ ਲੋਕ, ਕਣਕ ਘਰ ਆਉਣੀ ਹੁੰਦੀ, ਉਹਨਾਂ ਦੀ ਮਿਹਨਤ ਪ੍ਰਵਾਨ ਚੜ੍ਹਦੀ ਆ। ਅਤੇ ਪੰਜਾਬ ਦੇ ਵਿੱਚ ਸ਼ੁਰੂ ਤੋਂ ਹੀ ਬਚਪਨ ਤੋਂ ਵੇਖਦੇ ਹਾਂ ਵੀ ਵਿਸਾਖੀ ਵਾਲੇ ਦਿਨ ਨਵੇਂ ਕੱਪੜੇ ਪਾਉਣੇ, ਦਰਬਾਰ ਸਾਹਿਬ ਜਾਣਾ, ਇਸ਼ਨਾਨ ਕਰਨਾ, ਇਹ ਕਲਚਰ ਸਾਡੇ ਪੰਜਾਬ ਦਾ ਸਭ ਦਾ। ਜਿਹੜਾ ਗੁਰੂ ਘਰ ਲੱਗੇ ਆ ਉੱਥੇ ਹੀ ਜਾਂਦੇ ਆ, ਜਿਹੜਾ ਮੰਦਰ ਲੱਗੇ, ਸਰੋਵਰ ਲੱਗੇ ਉੱਥੇ ਹੀ ਜਾਂਦੇ ਆ, ਨਹੀਂ ਤਾਂ ਨਹਿਰਾਂ ਦਰਿਆਵਾਂ 'ਤੇ ਜਾਂਦੇ ਲੋਕ ਇਸ਼ਨਾਨ ਕਰਨ, ਕਿਉਂਕਿ ਅੱਜ ਸੰਗਰਾਂਦ ਹੈ, ਵਿਸਾਖ ਦਾ ਪਹਿਲਾ ਦਿਨ, ਉੱਤਰ ਦਿਨ, ਅਤੇ ਇਹ ਸਾਰੀਆਂ ਗੱਲਾਂ ਦੀ ਲੱਖ ਲੱਖ ਵਧਾਈ। ਪਰ ਇਹਦੇ ਨਾਲ ਹੀ ਜੁੜਿਆ ਇੱਕ ਸਵਾਲ ਹੈ, ਤੁਸੀਂ ਕਿਹਾ ਕਿ ਵਿਸਾਖੀ ਜਿਹੜੀ ਹੈ ਪੰਜਾਬੀਆਂ ਦਾ ਖਾਸ ਤੌਰ 'ਤੇ ਕਿਸਾਨਾਂ ਦਾ ਤਿਉਹਾਰ ਹੈ, ਹਾਲਾਂਕਿ ਖਾਲਸੇ ਦਾ ਸਾਜਨਾ ਦਿਵਸ ਵੀ ਹੈ, ਪਰ ਤੁਸੀਂ ਕਿਹਾ ਕਿ ਨਵੇਂ ਕੱਪੜੇ ਪਾਉਂਦੇ ਨੇ ਕਿਸਾਨ, ਭੰਗੜੇ ਪਾਉਂਦੇ, ਪਰ ਇਸੇ ਹਾਲਾਤ ਵੇਖੇ ਜਾਣ ਤਾਂ ਕਿਸਾਨ ਤੇ ਇੱਕ ਪਾਸੇ ਬਾਰਡਰਾਂ ਦੇ ਉੱਤੇ ਧਰਨਿਆਂ ਤੇ ਬੈਠੇ ਨੇ। ਜੇਕਰ ਪਿਛਲੇ ਸਰਕਾਰਾਂ ਨੇ ਕਰਤੀ, ਮੈਂ ਉਸ ਟਾਈਮ ਦੀ ਗੱਲ ਕਰਦਾ ਜਦੋਂ ਅਸੀਂ ਬਚਪਨ ਸੀ, ਜਦੋਂ ਕਿਹਾ ਨਾ ਵੀ ਨਵੇਂ ਕੱਪੜੇ ਪਾਉਂਦੇ ਸੀ ਬਚਪਨ 'ਚ, ਤੇ ਗੁਰੂ ਘਰ ਸਾਡੇ ਮਾਪੇ ਲੈ ਕੇ ਜਾਂਦੇ ਸੀ, ਸਾਡੇ ਮਾਂ ਪਿਓ, ਸਾਨੂੰ ਇੱਕ ਸੰਸਕਾਰ ਆ ਏ। ਪਰ ਇਹ ਆ ਕਿ ਵਾਕਿਆ ਹੀ ਜਿਹੜੀਆਂ ਸਰਕਾਰਾਂ ਵਾ ਉਹਨਾਂ ਨੇ ਕਿਸਾਨਾਂ ਦਾ ਸਮੇਂ ਦੇ ਨਾਲ ਮੁੱਲ, ਹਰ ਚੀਜ਼ ਵੱਧ ਗਈ, ਹਰ ਚੀਜ਼ ਦੇ ਮੁੱਲ ਵੱਧ ਗਏ। ਉਸ ਟਾਈਮ 'ਤੇ ਜਦੋਂ ਕਿਸਾਨਾਂ ਨੇ, ਪੂਰੇ ਪੰਜਾਬ ਦੇ ਕਿਸਾਨਾਂ ਨੇ ਸਮਝ ਲਓ ਕਿ ਇੱਕ ਰੈਵੋਲਿਊਸ਼ਨ ਲਿਆਂਦਾ ਸੀ, ਗ੍ਰੀਨ ਰੈਵੋਲਿਊਸ਼ਨ, ਅਤੇ ਪੂਰੇ ਹਿੰਦੁਸਤਾਨ ਦਾ ਢਿੱਡ ਭਰਿਆ ਸੀ। ਮੈਂ ਤਾਂ ਉਸ ਜਨਰੇਸ਼ਨ 'ਚੋਂ ਹਾਂ ਜਿਹਨੇ ਮਕਸੀਕਣ ਕਣਕ ਜਿਹੜੀ ਖਾਧੀ ਹੈ, ਕਾਲੇ ਰੰਗ ਦੀ ਸਖ਼ਤ ਰੋਟੀ ਬਣਦੀ ਸੀ, ਕਾਲੀ ਰੋਟੀ ਬਣਦੀ ਸੀ, ਮੈਂ ਖੁਦ ਖਾਧੀ ਆ ਉਹ ਹੈਂ। ਅਤੇ ਸਾਡੇ ਕਿਸਾਨਾਂ ਨੇ ਸੋਨੇ ਵਰਗੀ ਕਣਕ ਪੈਦਾ ਕੀਤੀ। ਪਰ ਇਹ ਹੈ ਕਿ ਸਮੇਂ ਨੇ ਜਿਹੜਾ ਵਾ, ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਉੱਥੇ ਨਾਲ ਨਾਲ ਅੱਗੇ ਨਹੀਂ ਤੋਰਿਆ। ਜੀ ਤੁਸੀਂ ਕਿਸਾਨੀ ਨੂੰ ਨੇੜੇ ਤੋਂ ਦੇਖਿਆ, ਕਿਸਾਨ ਦੇ ਤੁਸੀਂ ਕਿਹਾ ਕਿ ਮੈਨੂੰ ਹਰ ਤਰ੍ਹਾਂ ਦੇ ਤਜਰਬੇ ਬਾਰੇ ਪਤਾ, ਪਰ ਜਿਹੜੀ ਸਰਕਾਰ ਕਹਿੰਦੀ ਕਿ ਅਸੀਂ ਕਿਸਾਨ ਦੀ ਆਮਦਨ ਵਧਾਉਣੀ ਚਾਹੁੰਦੇ ਹਾਂ, ਜਦੋਂ ਤੁਸੀਂ ਉਹਦੇ ਹੱਕ ਦੇ ਵਿੱਚ ਗੱਲ ਕਰਦੇ ਹੋ ਤਾਂ ਤੁਹਾਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੰਦਾ? ਮੈਂ ਦੋਵੇਂ ਗੱਲਾਂ ਕਰਦਾ, ਮੈਂ ਵਪਾਰ ਵੀ ਰਿਹਾ, ਮੈਂ ਵਪਾਰ ਵੀ ਕੀਤਾ, ਬਿਲਕੁਲ ਕਿਸਾਨੀ ਤੋਂ ਬਾਅਦ ਅਸੀਂ ਤਰਨ ਤਾਰਨ ਆਏ, ਵਪਾਰ ਕੀਤਾ। ਹੁਣ ਕਿਸਾਨ ਦਾ ਅਤੇ ਦੁਕਾਨਦਾਰ ਦਾ ਅਤੇ
ਰਿਸ਼ਤਾ ਜਿਹੜਾ ਇੱਕ ਦੂਜੇ ਤੋਂ ਬਗੈਰ ਅਧੂਰਾ ਹੀ ਆ। 9 ਮਾਸ ਦਾ ਵੀ ਰਿਸ਼ਤਾ ਵਾ, ਅਸੀਂ ਤੇ ਡੀਕਦੇ ਕਿਸਾਨ ਦੀ ਫਸਲ ਆ, ਹਾੜੀ ਸੋਹਣੀ ਡੀਕਦੇ ਆ, ਕੰਮ ਚੱਲਦੇ, ਦੁਕਾਨਾਂ ਚੱਲਦੀਆਂ, ਵਿਆਹ ਸ਼ਾਦੀਆਂ ਹੁੰਦੀਆਂ, ਨਵੇਂ ਘਰ ਬਣਨੇ ਸ਼ੁਰੂ ਹੁੰਦੇ ਆ, ਤੇ ਉਹ ਸਾਰਾ ਜਿਹੜਾ ਪੈਸਾ ਵਾ ਕਿਸਾਨ, ਉਹ ਕਿਸਾਨ ਪੈਸੇ ਵੱਟ ਕੇ ਦੁਕਾਨਾਂ ਨੂੰ ਦੇ ਦਿੰਦਾ। ਇਹ ਜਿਹੜੀ ਪੰਜਾਬ ਹੈ ਨਾ, ਇਹ ਐਗਰੀਕਲਚਰ ਬੇਸਡ ਇਕਾਨਮੀ ਆ। ਇਹ ਜਿਹੜਾ MSP ਉਸ ਵੇਲੇ ਦਿੱਤਾ ਸੀ ਨਾ, ਜਿਹਨੂੰ ਹਟਾਉਣ ਦੀਆਂ ਸਕੀਮਾਂ ਵਾ, ਤੇ ਜਿਹਦੇ ਕਰਕੇ ਕਿਸਾਨ ਅੱਜ ਸੰਘਰਸ਼ ਕਰ ਰਿਹਾ ਵੀ ਠੀਕ ਹੈ ਪਾਣੀ ਖਤਮ ਹੋ ਰਿਹਾ, ਝੋਨਾ ਜੇ ਬੰਦ ਕਰਨਾ, ਡਾਇਵਰਸੀਫਿਕੇਸ਼ਨ ਚਾਹੁੰਦਾ ਤੇ ਬਾਕੀ ਫਸਲਾਂ ਦੀ MSP ਤੇ ਤੈਅ ਕਰੋ। ਸਾਡੀ ਫਸਲ ਚੁੱਕੀ ਤੇ ਜਾਵੇ, ਉਦੋਂ ਤੇ ਕਰਤੀ MSP ਤੇ ਤੈਅ, ਜਦੋਂ ਪੰਜਾਬ ਦਾ ਕਿਸਾਨ ਪੂਰੇ ਹਿੰਦੁਸਤਾਨ ਦਾ ਢਿੱਡ ਭਰਦਾ ਸੀ। ਉਸ ਤੋਂ ਬਾਅਦ ਜੇ ਬਾਕੀ ਸਟੇਟਾਂ 'ਚ ਹੋਣ ਲੱਗ ਪਈ ਤੇ ਕੀ ਇਹ ਸਮਝ ਲਓ ਵੀ ਇਹ ਹੁਣ ਉਪਰੇ ਹੋ ਗਏ, ਇਹ ਮਤਰੇ ਹੋ ਗਏ। ਤੁਸੀਂ ਗੱਲ ਕਰ ਰਹੇ ਹੋ ਕਿ ਕਿਸਾਨੀ ਦੇ ਮੁੱਦੇ ਤੇ ਤੁਸੀਂ BJP ਨੂੰ ਮਤਲਬ ਛੱਡਿਆ ਨਹੀਂ, ਤੁਹਾਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਮੈਂ ਪਾਰਟੀ 'ਚ ਕਿਹਾ, ਬਹੁਤ ਜ਼ਿਆਦਾ ਜ਼ੋਰ ਲਾਇਆ, ਮੈਂ ਪਾਰਟੀ 'ਚ ਓਪਨਲੀ ਮਾਈਕ ਫੜ ਕੇ ਕਿਹਾ, ਜਦੋਂ BJP ਦੇ ਲੀਡਰ ਸ਼ੀਸ਼ੇ ਭੰਨ ਰਹੇ ਸੀ ਕਿਸਾਨ ਉਹਨਾਂ ਦੇ ਜਦੋਂ ਨਿਕਲਦੇ ਸੀ ਨਾ, ਕਿਉਂਕਿ ਅਸੀਂ ਪੰਜਾਬ ਨਾਲ ਖੜੇ ਨਹੀਂ ਹੋਏ ਉਸ ਵੇਲੇ, BJP ਸੀ ਮੈਂ, BJP ਪੰਜਾਬ ਨਾਲ ਖੜੀ ਨਹੀਂ ਹੋਈ। BJP ਦਾ ਲੀਡਰ ਪੰਜਾਬ ਦੇ ਕਿਸਾਨ ਦੇ ਹੱਕ 'ਚ ਮੂੰਹ ਲਫਜ਼ ਨਹੀਂ ਕੱਢ ਪਾਇਆ, ਕਿਉਂਕਿ ਉੱਥੋਂ ਦਿੱਲੀਓਂ ਤਾਲਾ ਲੱਗਾ ਸੀ। ਮੈਂ ਇਹਨਾਂ ਨੂੰ ਪਾਰਟੀ ਦੀਆਂ ਅੰਦਰੂਨੀ ਮੀਟਿੰਗਾਂ 'ਚ ਕਿਹਾ, ਉਸ ਤੋਂ ਬਾਅਦ ਵੱਡੀ ਮੀਟਿੰਗ ਸੀ, ਮੈਂ ਓਪਨਲੀ ਮਾਈਕ ਫੜ ਕੇ ਕਿਹਾ ਵੀ ਆਪਾਂ ਪੰਜਾਬ 'ਚ ਰਹਿੰਦੇ ਹਾਂ, ਸਾਡਾ ਕਿਸਾਨਾਂ ਦੇ ਨਾਲ ਵਪਾਰੀ ਭਾਈਚਾਰਾ, ਵਪਾਰਕ ਭਾਈਚਾਰਾ ਵੀ ਹੈ, ਰਿਸ਼ਤੇਦਾਰੀਆਂ ਵੀ, ਸਾਡੀ ਜੜ ਇੱਕੋ ਆ, ਅਸੀਂ ਦਿੱਲੀ ਵੱਲ ਖੜੇ ਨਹੀਂ ਹੋ ਸਕਦੇ। ਮੇਰੀ ਜ਼ਮੀਰ ਤੇ ਬਿਲਕੁਲ ਨਹੀਂ ਮੰਨਦੀ, ਕਿਉਂਕਿ ਮੈਂ ਕਿਸਾਨੀ ਕੀਤੀ ਹੈ, ਮੈਂ ਦਿੱਲੀ ਵੱਲ ਖੜਾ ਵਾਂ, ਮੈਂ ਕਿਹਾ ਪੰਜਾਬ ਨਾਲ ਆਪਾਂ ਲੱਤ ਲਈਏ, ਆਪਾਂ ਚੱਲਦੇ ਹਾਂ ਦਿੱਲੀ, ਆਪਾਂ ਕਨਵਿੰਸ ਕਰਦੇ ਹਾਂ ਆਪਣੇ ਲੀਡਰਾਂ ਨੂੰ। ਇਹਨਾਂ ਨੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਪੰਜਾਬ ਦੀ ਲੀਡਰਸ਼ਿਪ ਨੇ। ਫਿਰ ਮੈਂ ਦਿੱਲੀ ਗਿਆ, ਮੈਂ ਦਿੱਲੀ ਦੇ ਲੀਡਰਾਂ ਨਾਲ ਗੱਲ ਕੀਤੀ, ਉਹਦੇ ਜੀ ਇੱਕ ਇੰਚ ਵੀ ਪਿੱਛੇ ਨਹੀਂ ਹਟਣਾ, ਜੋ ਐਕਟ ਹੈ, ਜੋ ਕਾਨੂੰਨ ਬਣਾਇਆ, ਇੱਕ ਇੰਚ ਵੀ ਪਿੱਛੇ ਨੇ, ਅਗਰ ਆਪ ਸਮਝਾ ਸਕਦੇ ਤਾਂ ਸਮਝਾਓ, ਨਹੀਂ ਤਾਂ ਹਮ ਮਿਨਿਸਟਰੋਂ ਕੀ ਡਿਊਟੀ ਲਗਾਏਗੇ, ਸਮਝਾਏਗੇ। ਪਰ ਉਹ ਮਿਨਿਸਟਰ ਆਉਂਦੇ ਵੀ ਰਹੇ, ਉਹਨਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਬਾਅਦ ਦੇ ਵਿੱਚ ਉਸੇ ਹੀ ਸਰਕਾਰ ਦੇ ਖੁਦ ਪ੍ਰਧਾਨ ਮੰਤਰੀ ਨੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗੁਰਪੁਰਬ। ਮੈਂ ਉਹੀ ਕਹਿੰਦਾ ਕਿ ਉਹਦਾ ਖਮਿਆਜਾ ਜਿਹੜਾ ਵਾ ਉਹ ਅੱਜ ਤੱਕ ਇਹਨਾਂ ਨੂੰ ਭੁਗਤਣਾ ਪੈ ਰਿਹਾ। ਅੱਜ ਵੀ ਜਦੋਂ ਜਾਂਦੇ ਆ ਕਿ ਆਪਾਂ ਵੋਟ ਤੇ ਮੰਗਣ ਆ ਜਾਈਏ ਕਿਸਾਨ ਕੋਲ ਤੇ ਮੈਨੂੰ ਵੋਟ ਪਾ, ਤੇ ਜਦੋਂ ਆਖੇ ਸਾਨੂੰ ਦਿੱਲੀ ਜਾਣ ਦਿਓ ਆਪਣੀ ਗੱਲ ਰੱਖਣ ਵਾਸਤੇ, ਅਸੀਂ ਅੱਡ ਅੱਡੇ ਕਿੱਲ ਲਾ ਦਈਏ। ਚਲੋ ਇਹ ਵੀ ਗੱਲ ਛੱਡੋ ਤੇ ਇਹਨਾਂ ਨੂੰ ਖਤਰਾ ਕੋਈ ਵੀ ਜ਼ਿਆਦਾ ਜਾਣੇ ਜਾਣਗੇ, ਕੋਈ ਹੱਲਾ ਗੁੱਲਾ ਹੋਊਗਾ, ਹੈਂ, ਜੇ ਆਪਾਂ ਉਹਨਾਂ ਦੀ ਗੱਲ ਹੀ ਨਹੀਂ ਮੰਨਣੀ ਤੇ ਉਹ ਸਾਡੀ ਗੱਲ ਮੰਨਣ ਵਾਸਤੇ। ਚਲੋ ਉਹ ਇੱਕ ਐਸਾ ਮੁੱਦਾ ਸੀ ਜਿਹਨੇ ਤੁਹਾਨੂੰ ਤੁਹਾਡੀ ਉਸ ਪਾਰਟੀ ਤੋਂ ਵੱਖਰਾ ਕਰ ਦਿੱਤਾ, ਜਿਹਨੇ ਤੁਹਾਨੂੰ ਵਿਧਾਇਕ ਬਣਨ ਦਾ ਮੌਕਾ ਦਿੱਤਾ, ਮੰਤਰੀ ਬਣਨ ਦਾ ਮੌਕਾ ਦਿੱਤਾ। ਜੇ ਮੈਂ ਅਕਾਲੀ ਦਲ ਦੀ ਗੱਲ ਕਰਾਂ ਤਾਂ ਅਕਾਲੀ ਦਲ ਨੂੰ ਇੱਕ ਪੇਂਡੂ ਖੇਤਰ ਦੀ ਪਾਰਟੀ ਮੰਨਿਆ ਜਾਂਦਾ, ਖਾਸ ਤੌਰ ਤੇ ਪੰਥਕ ਜਾਂ ਸਿੱਖਾਂ ਦੀ ਪਾਰਟੀ, ਪਰ ਇੱਕ ਹਿੰਦੂ ਕੈਂਡੀਡੇਟ ਨੂੰ ਅੰਮ੍ਰਿਤਸਰ ਗੁਰੂ ਨਗਰੀ ਤੋਂ ਉਤਾਰਿਆ ਜਾਣਾ, ਇਹਦੇ ਪਿੱਛੇ ਮਕਸਦ ਜਾਂ ਮੈਸੇਜ ਕੀ ਸਮਝਦੇ ਤੁਸੀਂ? ਕਿਉਂਕਿ ਵੋਟਰਾਂ ਦੇ ਜ਼ਹਿਨ ਦੇ ਵਿੱਚ ਵੀ ਇਹ ਬਹੁਤ ਸਾਰੇ ਸਵਾਲ ਹੋਣ। ਮੈਂ ਤੇ ਵਪਾਰੀ ਵੀ ਰਿਹਾ, ਮੈਂ ਕਿਸਾਨੀ ਵੀ ਕੀਤੀ, ਵਪਾਰੀ ਵੀ ਰਿਹਾ। ਇਹ ਹੈਰੀਟੇਜ ਸਟਰੀਟ ਜਿਹੜੀ ਬਣੀ ਆ, ਇਹਦੇ ਨਾਲ ਵਪਾਰ ਨੂੰ ਵਾਧਾ ਨਹੀਂ ਹੋਇਆ? ਸਰਦਾਰ ਸੁਖਬੀਰ ਬਾਦਲ ਦਾ ਬਿਜ਼ਨਸ ਸੀ ਜਿਹੜਾ, ਉਦੋਂ ਜਿਹੜੀ ਇਨਵੈਸਟਮੈਂਟ ਪਾਈ ਆਈ, ਉਸ ਤੋਂ ਬਾਅਦ ਨਹੀਂ ਆਈ। ਉਸ ਵੇਲੇ 10 ਗੁਣਾ ਅੰਮ੍ਰਿਤਸਰ ਸਾਹਿਬ ਦਾ ਟੂਰਿਜ਼ਮ ਵਧਿਆ, ਇਹ ਵਪਾਰੀਆਂ ਵਾਸਤੇ ਕਿ ਕਿਸਾਨਾਂ ਵਾਸਤੇ ਸੀ? ਅੱਜ ਤੇ ਨਾ ਕੈਪਟਨ ਸਾਹਿਬ ਮੁੜ ਕੇ ਮਿਲੇ 5 ਸਾਲ ਬਾਅਦ ਸਰਕਾਰ ਜਿਹੜੀ ਆਈ, ਤੇ ਉਹਨਾਂ ਨੇ ਵੀ ਉੱਥੋਂ ਆਪਣੇ ਫਾਰਮ ਹਾਊਸ ਤੋਂ ਬਾਹਰ ਨਿਕਲਣਾ ਜਾਇਜ਼ ਨਹੀਂ ਸਮਝਿਆ, ਤੇ ਬਾਦਲ ਸਾਹਿਬ ਤੇ ਲੋਕਾਂ 'ਚ ਆ ਕੇ ਬਹਿ ਜਾਂਦੇ, ਸੰਗਤ ਦਰਸ਼ਨ ਕਰਦੇ, ਤੇ ਸੁਖਬੀਰ ਬਾਦਲ ਵੀ ਰਾਤ ਦਿਨ ਇੱਥੇ 3 ਮੀਟਿੰਗਾਂ ਹੁੰਦੀਆਂ ਸੀ ਮਹੀਨੇ 'ਚ, ਹਰ 10 ਦਿਨ ਬਾਅਦ ਮੀਟਿੰਗ ਮੋਨੀਟਰਿੰਗ ਹੁੰਦੀ ਸੀ, ਹੈਰੀਟੇਜ ਸਟਰੀਟ ਆ, ਗੋਬਿੰਦਗੜ੍ਹ ਫੋਰਟ ਆ, ਆਪਣਾ ਸਾਡਾ ਪਿੰਡ ਆ, ਵਾਰ ਮੈਮੋਰੀਅਲ ਆ, ਜਿੰਨੇ ਵੀ ਪ੍ਰੋਜੈਕਟ ਚੱਲਦੇ ਸੀ, ਆਪਣਾ ਅਰਬਨ ਹਾਰਟ ਆ, ਕਿੰਨਾ ਕੁਛ ਹੋਇਆ ਉਹਦੇ ਨਾਲ, 10 ਗੁਣਾ ਟੂਰਿਸਟ ਵਧਿਆ, ਤੇ ਹਰ ਵਪਾਰੀ ਛੋਟਾ ਵੱਡਾ ਦੁਕਾਨਦਾਰ ਖੁਸ਼ਹਾਲ ਹੋਇਆ।
ਹੋਰ ਤੇ ਇਹ ਲੈਂਡ ਲੋਕ ਇਸ ਵੇਲੇ ਵੀ ਅਸੀਂ ਦੇਖੀਏ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਕਹੀਏ ਜਾਂ ਜਲਿਆਂਵਾਲਾ ਬਾਗ ਵੀ ਨੇੜੇ ਆ, ਸੈਲਾਨੀ ਇੱਥੇ ਪਹੁੰਚਦੇ ਨੇ, ਪਰ ਜਦੋਂ ਅੰਮ੍ਰਿਤਸਰ ਦੀ ਗੰਦਗੀ, ਅੰਮ੍ਰਿਤਸਰ ਦੇ ਟ੍ਰੈਫਿਕ ਵਿਵਸਥਾ ਦੀਆਂ ਲੋਕ ਤਸਵੀਰਾਂ ਦੇਖਦੇ ਆ ਜਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਤਾਂ ਬਹੁਤ ਇੱਕ ਮਨ ਨੂੰ ਢਾਲ ਲੱਗਦੀ ਹੈ ਕਿ ਅਸੀਂ ਕਿਸ, ਹਾਲਾਂਕਿ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਇਸ ਵੇਲੇ, ਜਿਹੜੇ ਸਥਾਨਕ ਤੁਸੀਂ ਉਮੀਦਵਾਰ ਹੋ, ਤੁਹਾਡਾ ਵਿਜ਼ਨ ਕੀ ਹੈ ਔਰ ਉਹਨਾਂ ਦਾ ਜਿਹੜਾ ਵਿਜ਼ਨ ਹੈ, ਕਿਉਂਕਿ ਉਹ ਤਾਂ ਵਪਾਰ ਨੂੰ, ਕਿਸਾਨੀ ਨੂੰ ਬਹੁਤ ਪ੍ਰਫੁੱਲਿਤ ਕਰਨ ਦੇ ਜਿਹੜੇ ਵਾਅਦੇ ਲੋਕਾਂ ਦੇ ਨਾਲ ਕਰਦੇ ਹੋਏ ਨਜ਼ਰ ਆ ਰਹੇ? ਦੇਖੋ, ਇਹ ਵਪਾਰੀ ਕਿਸਾਨ ਜੇ ਸਾਰੇ ਹੀ ਖੁਸ਼, ਕਿਸਾਨ ਵਪਾਰੀ ਤਾਂ ਖੁਸ਼ਹਾਲ ਹੋਊਗਾ ਜੇ ਕਿਸਾਨ ਖੁਸ਼ਹਾਲ ਹੋਊਗਾ। ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਵੀ ਇਹ ਨਾਤਾ ਜਿਹੜਾ ਨਾ, ਫਸਲਾਂ ਆਉਂਦੀਆਂ ਦੁਕਾਨਾਂ 'ਤੇ ਰੌਣਕ ਆਉਂਦੀ ਆ। ਅੰਮ੍ਰਿਤਸਰ ਖਾਸ ਕਰਕੇ ਆ ਵੀ ਜਿੱਥੇ ਟੂਰਿਜ਼ਮ ਆਉਂਦਾ ਬਾਹਰ, ਬਾਕੀ ਪੰਜਾਬ 'ਚ ਨਹੀਂ ਆਉਂਦਾ ਇੰਨਾ। ਅੰਮ੍ਰਿਤਸਰ ਸਾਹਿਬ, ਇਹ ਜਿਹੜੀ ਹੈਰੀਟੇਜ ਸੀ, ਤੁਸੀਂ ਗੰਦਗੀ ਦੀਆਂ ਫੋਟੋਆਂ ਕਹੀਆਂ, ਇਹ ਲਿਸ਼ਕਦੀ ਹੁੰਦੀ ਸੀ, ਇਹਦਾ ਇੱਕ ਸਿਸਟਮ ਬਣਾਇਆ ਸੀ ਸਫਾਈ ਦਾ। ਇਹਦੀ ਅਸੀਂ ਇੱਕ ਮਤਲਬ ਜਿਹੜਾ ਅਲੱਗ ਜਿਹੜਾ ਡਿਪਾਰਟਮੈਂਟ ਬਣਾ ਦਿੱਤਾ, ਰੈਵਨਿਊ ਵੀ ਉਹਦੇ ਕੋਲ ਵੱਖਰਾ ਅਤੇ ਇਹਦੀ ਮੇਨਟੇਨੈਂਸ, ਸਾਫ਼ ਸਫਾਈ ਸਭ ਕੁਛ ਵੱਖਰਾ। ਸਕਰੀਨਾਂ ਦੇ ਉੱਤੇ ਗੁਰਬਾਣੀ ਚੱਲਦੀ ਸੀ, ਅੱਜ ਭਗਵੰਤ ਮਾਨ ਦੀ ਫੋਟੋ ਚੱਲਦੀ ਹੈ, ਉਸ ਵੇਲੇ ਗੁਰਬਾਣੀ ਚੱਲਦੀ ਸੀ। ਦੁਨੀਆ ਏਅਰਪੋਰਟ ਸਾਡੇ ਕੋਲ ਬਾਦਲ ਸਾਹਿਬ ਦਾ ਬਣਾਇਆ, ਇੰਟਰਨੈਸ਼ਨਲ ਏਅਰਪੋਰਟ ਹੈ, ਪੂਰੀ ਦੁਨੀਆ 'ਚ ਪੰਜਾਬੀ ਰਹਿੰਦੇ ਆ ਸਭ। ਸਾਹਮਣੇ ਤੁਹਾਨੂੰ ਬੁਲਾ ਵੀ ਰਹੇ ਭਾਈ ਸਾਹਿਬ, ਰਾਜਕਾਰਨ ਇੱਥੇ ਆਉਣੇ ਸੀ, ਸਪੋਰਟ ਟੂਰਿਜ਼ਮ ਸ਼ੁਰੂ ਹੁੰਦਾ, ਪੂਰੀ ਦੁਨੀਆ ਦੇ ਕ੍ਰਿਕਟ ਪ੍ਰੇਮੀ ਇੱਥੇ ਆਉਣੇ ਸੀ। ਆਪਣਾ ਆਈ ਟੀ ਸਿਟੀ ਬਣਦਾ, ਪੂਰੀ ਦੁਨੀਆ ਦੇ ਆਈ ਟੀ ਖੇਤਰ ਦੇ ਲੋਕ ਇੱਥੇ ਆਉਣੇ ਸੀ। ਸਪੋਰਟਸ ਟੂਰਿਜ਼ਮ, ਆਈ ਟੀ ਇੰਡਸਟਰੀ, ਆਈ ਟੀ ਇੰਡਸਟਰੀ ਜਿਹੜੀ ਹੈ ਇਹਨੂੰ ਤਾਂ ਕੋਈ। ਪਰ ਮੈਂ ਇੱਥੇ ਦੁਕਾਨ ਨੂੰ ਦੇਖ ਕੇ ਮੈਨੂੰ ਇੱਕ ਚੀਜ਼ ਯਾਦ ਆਈ, ਜਿਹੜੇ ਸਾਡੇ ਬੀਜੇਪੀ ਤੋਂ ਉਮੀਦਵਾਰ ਨੇ ਅੰਮ੍ਰਿਤਸਰ ਦੇ, ਉਹ ਬਾਰ ਬਾਰ ਜ਼ਿਕਰ ਕਰਦੇ ਪੰਜਾਬੀ ਜੁੱਤੀ ਦਾ, ਪਾਪੜ ਵੜੀਆਂ, ਕਾਰਗੋ। ਤੁਹਾਨੂੰ ਲੱਗਦਾ ਕਿ ਉਹਦੇ ਨਾਲ ਵਪਾਰੀ ਦੀ ਜਾਂ ਕਿਸਾਨ ਦੀ ਜਿਹੜਾ ਅੰਮ੍ਰਿਤਸਰ ਦਾ ਉਹਦੀ ਨੁਹਾਰ ਜਾਂ ਉਹਦਾ ਜਿਹੜਾ ਜੀਵਨ ਹੈ ਉਹਦੇ ਵਿੱਚ ਕੋਈ ਸੁਧਾਰ ਲਿਆਂਦਾ ਜਾ ਸਕਦਾ? ਦੇਖੋ, ਇੱਕ ਜੈਪੁਰ ਸ਼ਹਿਰ ਆ, ਜੈਪੁਰ ਦੀਆਂ ਬਹੁਤ ਸਾਰੀਆਂ ਚੀਜ਼ਾਂ, ਜੈਪੁਰ ਦੀ ਚੂੜੀਆਂ, ਜੈਪੁਰ ਦੀਆਂ ਜੁੱਤੀਆਂ ਮਸ਼ਹੂਰ ਆ। ਬੀਜੇਪੀ ਦੀ ਕਿੰਨੀ ਵਾਰੀ ਰਾਜਸਥਾਨ 'ਚ ਇਕੱਲਿਆਂ ਦੀ ਸਰਕਾਰ ਬਣ ਗਈ, ਕਿੰਨੀ ਆ ਕਿ ਇਹਨਾਂ ਨੇ ਉੱਥੇ ਜਾ ਕੇ ਵਾਲਮਾਰਟ 'ਤੇ ਵੇਚਤੀਆਂ। ਇਹ ਸਬਜ਼ ਬਾਗ ਆ ਜਿਹੜੇ ਲੋਕਾਂ ਨੂੰ ਵਿਖਾਏ ਜਾਂਦੇ ਆ, ਜਿਹੜੇ ਭਗਵੰਤ ਮਾਨ ਨੇ ਵਿਖਾਏ, ਜਿਹੜੀਆਂ ਹਵਾਵਾਂ ਇਹਨਾਂ ਨੂੰ ਕੈਪਟਨ ਨੇ ਵੇਚੀਆਂ, ਜਿਹੜੀਆਂ ਇਹਨਾਂ ਕੇਜਰੀਵਾਲ ਨੇ ਵੇਚੀਆਂ, ਇਹ ਹੁਣ ਨਵੇਂ ਆਏ ਅਮਰੀਕਾ 'ਚੋਂ ਸਿੱਧੇ, ਇਹਨਾਂ ਦੇ ਦਿਮਾਗ ਤੋਂ ਹਲੇ ਅਮੈਰੀਕਾ ਨਹੀਂ ਉਤਰਿਆ। ਇਸ ਕਰਕੇ ਇਹ ਸਬਜ਼ ਬਾਗ ਵਿਖਾ ਕੇ ਨਾ ਇਹਨਾਂ ਨੂੰ ਪਰਾਲੀ 'ਚੋਂ ਤੇਲ ਕੱਢਾਂਗੇ। ਪਰਾਲੀ ਲੈ ਜਾਓ, ਤੇਲ ਕੱਢਦੇ ਰਹੋ, ਉਹ ਤਾਂ ਆਉਂਦੇ ਚੁੱਕ ਲਓ, ਆਪੇ ਹੀ ਤੇਲ ਕੱਢ ਲਿਓ, ਸਾਡੇ ਕੋਲ ਸਾਫ਼, ਸਾਨੂੰ ਅੱਗ ਲਾਉਣ ਦੀ ਲੋੜ ਨਾ ਪਵੇ। ਇਹ ਚੀਜ਼ਾਂ ਹਕੀਕਤ ਜਿਹੜੀਆਂ ਨਾ, ਜ਼ਮੀਨੀ ਹਕੀਕਤ ਦਾ ਇਹਨਾਂ ਨੂੰ ਪਤਾ ਨਹੀਂ ਗਾ। ਤੁਸੀਂ ਜ਼ਿਕਰ ਕੀਤਾ ਕਿ ਅਮਰੀਕਾ ਤੋਂ ਆਏ ਆ, ਇਸ ਤੋਂ ਸਭ ਤੋਂ ਪਹਿਲਾਂ ਜਿਹੜਾ ਤਜਰਬਾ ਬੀਜੇਪੀ ਦੇ ਕੀਤਾ ਸੀ ਅਰੁਣ ਜੇਟਲੀ, ਹਾਲਾਂਕਿ ਤੁਸੀਂ ਉਸ ਵੇਲੇ ਉਹਨਾਂ ਦੇ ਤੁਹਾਨੂੰ ਨੇੜੇ ਰਹਿਣ ਦਾ ਵੀ ਮੇਰੇ ਗੁਰੂ ਸੀ, ਮੈਂ ਤੇ ਇੱਕ ਲਫ਼ਜ਼ ਉਹਨਾਂ ਨਾਲ, ਉਹ ਮਤਲਬ ਜਿਹੜਾ ਵਾ ਉਹਨਾਂ ਨੇ ਹੀ ਆਈ ਐਮ ਫਿਰ ਦੇ। ਮੇਰਾ ਸਵਾਲ ਇਹ ਸੀ ਕਿ ਕੀ ਅੰਮ੍ਰਿਤਸਰ ਦੇ ਲੋਕ, ਕਿਉਂਕਿ ਹੈ ਤਾਂ ਉਹ ਬਾਹਰੀ ਸੀ, ਉਹ ਦਾਵਾ ਕਰਦੇ ਸੀ ਕਿ ਮੇਰੇ ਨਾਨਕੇ ਇੱਥੇ ਨੇ, ਉਸ ਚੀਜ਼ ਦਾ ਫਰਕ ਪੈਂਦਾ? ਸਾਨੂੰ ਵੇਖੋ, ਮੇਰੇ ਗੁਰੂ ਸੀ, ਸਾਨੂੰ ਉਹ ਖਮਿਆਜ਼ਾ ਭੁਗਤਣਾ ਪਿਆ, ਲੋਕੀ ਨਹੀਂ ਪਸੰਦ, ਲੋਕੀ ਬਾਹੋਂ ਜਿਹਨੂੰ ਫੜ ਲੈਣਾ ਹੈ ਕਰਕੇ ਉਹ ਕੈਂਡੀਡੇਟ ਪਸੰਦ ਕਰਦੇ ਆ, ਉਹ ਭਾਵੇਂ ਝੂਠਾ ਹੋਵੇ ਸੱਚਾ ਹੋਵੇ। ਆ ਜਿਹੜੇ ਆਪ ਦੇ ਬਣੇ, ਕਾਂਗਰਸ ਦੇ ਬਣੇ, ਹੈ ਤਾਂ ਲੋਕਲੀ ਸੀ ਨਾ। ਪਰ ਹੁਣ ਇੱਕ ਇਹ ਵੀ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਕਿ ਜੇਕਰ ਬੀਜੇਪੀ ਦਾ ਉਮੀਦਵਾਰ ਹਾਰਦਾ ਵੀ ਹੈ ਤਾਂ ਉਹਨੂੰ ਘੱਟੋ ਘੱਟ ਮੰਤਰੀ ਤਾਂ ਇਹਨਾਂ ਨੇ ਬਣਾਏ ਜਾਣਾ। ਫਿਰ ਮਤਲਬ ਇਹ ਫਿਰ ਕਿਹੜਾ ਮੁੜਦਾ ਕੋਈ? ਪੁਰੀ ਸਾਹਿਬ ਕਿੰਨੇ ਕੁ ਮੁੜੇ ਮੰਤਰੀ ਬਣੇ ਤੇ, ਪੁਰੀ ਸਾਹਿਬ ਆਏ ਇੱਥੇ ਦੁਬਾਰਾ? ਮੈਂ ਤਾਂ ਹੀ ਉਹ ਕਹਿੰਦਾ ਉਹ ਜਿੱਥੇ ਮਰਜ਼ੀ ਚੁੱਕ ਦਿੰਦੇ ਤੇ ਫਿਰ ਲੋਕੀ ਆਉਂਦੇ ਵੀ ਨਹੀਂ ਜੀ ਅਸੀਂ ਇਹਨਾਂ ਨੂੰ ਪਾਉਣੀ ਵੋਟ। ਉਹਨਾਂ ਨੇ ਤੀਜਾ ਤਜਰਬਾ ਹੋਰ ਕੀਤਾ, ਇੱਕ ਸ਼ਵੇਤ ਮਲਿਕ ਨੂੰ ਰਾਜ ਸਭਾ ਦਿੱਤੀ ਚੁਣੇ ਤੇ ਉਹ ਵੀ ਹੈ ਤੇ ਇਲੈਕਟਡ ਹੀ ਆ ਨਾ, ਸਾਨੂੰ ਵੋਟ ਪਾਈ ਲੋਕਾਂ ਨੇ, ਵੋਟ ਲੋਕਾਂ ਦੀ ਇਨਡਾਇਰੈਕਟ ਆ, ਸਾਨੂੰ ਪਾਈ MLA ਬਣਾਇਆ, ਅਸੀਂ ਉਹਨਾਂ ਨੂੰ ਵੋਟ ਪਾ ਕੇ ਰਾਜ ਸਭਾ 'ਚ ਭੇਜਿਆ। 6 ਸਾਲ ਦੀ ਟਨੋਰ, ਪੂਰਾ ਪੰਜਾਬ ਦਾ ਦਾਇਰਾ, ਪਾਵਰ ਜ਼ਿਆਦੀ, ਉਹੀ ਕੁਛ ਕਰ ਦਿੰਦੇ ਤੇ ਫਿਰ ਬਾਹਰੋਂ ਨਾ ਲਿਆਉਣਾ ਪੈਂਦਾ।
ਬਾਕੀ ਇਸ ਕਰਕੇ ਕੰਮ ਇਨਸਾਨ ਦੇ ਇੱਥੇ ਆ ਦਿਲ ਚ ਆ। ਮੈਂ ਹੁਣ ਸਿੱਧਾ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਕਿ ਅਨਿਲ ਜੋਸ਼ੀ ਦੇ ਕੋਲ ਕੀ ਰੋਲ ਹੈ? ਜੁੱਤੀਆਂ ਦੇ ਜਹਾਜ਼ ਉੱਥੇ ਲੈ ਗਏ ਤੇ ਇੱਥੇ ਵਿਚਾਰੇ ਜਿਹੜੇ ਲੋਕੀ ਆਉਣੇ ਆ ਉੱਥੇ ਲੋਕਾਂ ਉੱਥੇ ਹੀ ਲੈ ਲੈਣੀਆਂ, ਇੱਥੋਂ ਕਿਉਂ ਲੈ ਕੇ ਜਾਣਗੇ? ਫਿਰ ਰੁਜ਼ਗਾਰ ਇਹਨਾਂ ਨੇ ਆਪਣਾ ਬਣਾਇਆ। ਜਿਹੜੀ ਤੁਸੀਂ ਹੈਰੀਟੇਜ ਸਟਰੀਟ ਦਾ ਜ਼ਿਕਰ ਕਰ ਰਹੇ ਹੋ, ਇਹਦੇ ਤੋਂ ਬਾਅਦ ਲੋਕਾਂ ਦੇ ਵਪਾਰ ਤੇ ਕਾਰੋਬਾਰ ਤੇ ਕੋਈ ਅਸਰ ਪਿਆ? ਕਿਉਂ ਜੀ, ਕਿੰਨਾ ਵਧਿਆ ਵਪਾਰ ਜਦੋਂ ਦੀ ਹੈਰੀਟੇਜ ਸਟਰੀਟ ਬਣੀ। ਇਹ ਅੰਮ੍ਰਿਤਸਰ 70% ਰੋਟੀ ਜਿਹੜੀ ਹੈ ਨਾ, ਇਹ ਟੂਰਿਜ਼ਮ ਵਧਿਆ ਜਿਹੜਾ ਸੁਖਬੀਰ ਬਾਦਲ ਦੇ ਵਿਜ਼ਨ ਕਰਕੇ ਉਹਦੀ ਖਾ ਰਿਹਾ। 10 ਗੁਣਾ ਹੋਟਲ ਵੱਧ ਗਏ, 10 ਗੁਣਾ ਰੈਸਟੋਰੈਂਟ ਵੱਧ ਗਏ, 10 ਗੁਣਾ ਸ਼ੋਰੂਮ ਇਹੋ ਜਿਹੇ ਵਧੀਆ ਪੈ ਗਏ। ਇੱਥੇ ਚਿੱਕੜ ਗੰਦਗੀ ਹੁੰਦੀ ਸੀ, ਲੋਕੀ ਖਲਾਉਂਦੇ ਨਹੀਂ, ਦਰਬਾਰ ਸਾਹਿਬ ਮੱਥਾ ਟੇਕ ਕੇ ਦੌੜਦੇ ਹੁੰਦੇ ਸੀ। ਪਰ ਹੁਣ ਜੇਕਰ ਮੈਂ ਇਸ ਚੋਣ ਦੀ ਔਰ ਅੰਮ੍ਰਿਤਸਰ ਸੀਟ ਦੀ ਗੱਲ ਕਰਾਂ ਤਾਂ ਅਨਿਲ ਜੋਸ਼ੀ ਦੇ ਕੋਲ ਐਸਾ ਕੀ ਰੋਡ ਮੈਪ ਹੈ, ਕੀ ਵਿਜ਼ਨ ਹੈ ਕਿ ਜੇਕਰ ਤੁਹਾਨੂੰ ਲੋਕ ਸਭਾ ਦੇ ਵਿੱਚ ਭੇਜ ਦਿੱਤਾ ਜਾਂਦਾ, ਅੰਮ੍ਰਿਤਸਰ ਦੇ ਲਈ ਕਿਹੜੇ ਐਸੇ ਕੰਮ ਹੈ ਜਿਹੜੇ ਤੁਸੀਂ ਚਾਹੁੰਦੇ ਕਿ ਸਭ ਤੋਂ ਪਹਿਲਾਂ ਕਰਨੇ ਚਾਹੀਦੇ? ਇਹਨਾਂ ਨੇ ਬਾਰਡਰ ਬੰਦ ਕੀਤਾ, ਬਾਰਡਰ ਦਾ ਵਪਾਰ ਬੰਦ ਕੀਤਾ। ਸਭ ਤੋਂ ਸਾਡਾ ਪਹਿਲਾ ਵਪਾਰੀ ਮੁੱਦਾ ਜਿਹੜਾ ਸਟੈਂਡ ਲਿਆ ਜਦੋਂ ਸਮਝੌਤੇ ਦੀ ਗੱਲ ਚੱਲਦੀ ਸੁਖਬੀਰ ਬਾਦਲ ਨੇ, ਵੀ ਬਾਰਡਰ ਜਿਹੜਾ ਵਾ ਇਹ ਵਾਗੇ ਵਾਲਾ ਤੇ ਫਿਰੋਜ਼ਪੁਰ ਵਾਲਾ ਵਪਾਰ ਸ਼ੁਰੂ ਕੀਤਾ ਜਾਵੇ। ਵਪਾਰ ਸ਼ੁਰੂ ਹੋ ਜੇ, ਇਹਨਾਂ ਨੂੰ ਕਿਸਾਨਾਂ ਦੀਆਂ ਗੋਭੀਆਂ ਬਾਹਰ ਕਦੇ ਵੇਚਣ ਦੀ ਲੋੜ ਹੀ ਨਹੀਂ, ਟਮਾਟਰ ਕਿਤੇ ਯੂਰਪ ਖੜਨ ਦੀ ਲੋੜ ਨਹੀਂ, ਨਾ ਜਾਣੇ ਆ ਇਹ ਜਿਹੜੇ ਸਬਜ਼ ਬਾਬ ਖਾਉਂਦੇ ਨਾ ਛੱਡਦੇ ਪਿੱਛੇ ਵੀ ਤਰਕ ਦਿੰਦੇ ਕਿ ਅਸੀਂ ਯੂਏਈ ਚ ਭੇਜਾਂਗੇ ਜਿੱਥੇ ਕਰੰਸੀ ਦਾ। ਮੈਂ ਕਿਹਾ ਇਹ ਅੱਗੇ ਵੀ ਤੇ ਇਹ ਕਿਹੜਾ ਔਖਾ ਕੰਮ ਆ, ਸਰਕਾਰ ਦੇ ਸੈਂਟਰ ਚ ਆ, ਇੱਥੋਂ ਲੈ ਜਾਂਦੇ ਯੂਏਈ। ਹੁਣ ਕੋਈ ਇੱਕ ਬੰਦਾ ਆਵੇ ਤੇ ਉਹਨੂੰ ਲੋਕੀ ਜਦੋਂ ਫੇਰ ਹੀ ਜਾਣਾ, ਤੁਹਾਨੂੰ ਦੱਸਿਆ ਪੁਰੀ ਸਾਹਿਬ ਮੰਤਰੀ ਨਹੀਂ ਬਣੇ ਉਹ ਲੈ ਜਾਂਦੇ, ਸ਼ਵੇਤ ਮਲਕ MP ਨਹੀਂ ਬਣਿਆ ਉਹ ਲੈ ਜਾਂਦਾ। ਆਪਾਂ ਇਸ ਵੇਲੇ ਜਲਿਆਂ ਵਾਲੇ ਬਾਗ ਦੇ ਠੀਕ ਬਾਹਰ ਹਾਂ, ਜਲਿਆਂ ਵਾਲੇ ਬਾਗ ਦਾ ਜਿਹੜਾ ਸਾਕਾ ਉਹ ਬੱਚਾ ਬੱਚਾ ਜਾਣਦਾ। ਸਾਡੇ ਜਿਹੜੇ ਰਹੇ ਨੇ ਆਜ਼ਾਦੀ ਘੁਲਾਟੀਏ, ਉਹਨਾਂ ਨੇ ਆਪਣੀਆਂ ਕੁਰਬਾਨੀਆਂ ਇਸ ਲਈ ਦਿੱਤੀਆਂ ਸੀ ਕਿ ਦੇਸ਼ ਆਜ਼ਾਦ ਹੋਵੇ, ਸਹੀ ਹੱਥਾਂ 'ਚ ਜਾਵੇ, ਸਾਡੇ ਦੇਸ਼ ਦੀ ਤਰੱਕੀ ਹੋਵੇ। ਪਰ ਅੱਜ ਵੀ ਅਸੀਂ ਜਦੋਂ ਗੱਲਾਂ ਬਾਤਾਂ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਗਲੀਆਂ ਨਾਲੀਆਂ ਇਹ ਛੋਟੇ ਛੋਟੇ ਜਿਹੜੇ ਮੁੱਦੇ ਆ ਆਜ਼ਾਦੀ ਦੇ ਇੰਨੇ ਸਾਲ ਬਾਅਦ ਵੀ ਉੱਥੇ ਦੇ ਉੱਤੇ ਖੜੇ ਆ, ਇੱਕ ਸਿਆਸਤਦਾਨ ਦੇ ਤੌਰ 'ਤੇ ਇਸ ਚੀਜ਼ ਨੂੰ ਕਿੱਦਾਂ ਦੇਖਦੇ? ਨਹੀਂ, ਆਜ਼ਾਦੀ ਜਿਹੜੀ ਹੈ ਨਾ ਉਹ ਕੁਰਬਾਨੀਆਂ ਦੇ ਕੇ ਮਿਲ ਗਈ। ਇੱਥੇ ਜਲਿਆਂ ਵਾਲੇ ਬਾਗ ਦੇ ਵਿੱਚ ਸਾਡੇ ਅਨੇਕਾਂ ਬੰਦੇ ਜਿਹੜੇ ਆ ਨਾ ਵਿਸਾਖੀ ਮਨਾਉਣ ਆਏ ਗੋਲੀਆਂ ਨਾਲ ਭੁੰਨ ਦਿੱਤੇ ਗਏ ਸੀ, ਇਹ ਉਹਨਾਂ ਦਾ ਸਮਾਰਕ ਆ। ਸਾਨੂੰ ਆਜ਼ਾਦੀ ਉਹਨਾਂ ਨੇ ਦਵਾਤੀ ਆਪਣੀਆਂ ਕੁਰਬਾਨੀਆਂ ਦੇ ਕੇ, ਆਜ਼ਾਦੀ ਉਹਨਾਂ ਨੇ ਦਵਾਤੀ ਸਾਨੂੰ ਆਪਣੀਆਂ ਕੁਰਬਾਨੀਆਂ ਦੇ ਕੇ, ਉਸ ਆਜ਼ਾਦੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸਾਡੇ ਤੇ ਪਾ ਕੇ ਗਏ ਆ। ਇਹ ਦੇਖੋ ਸ਼ਹੀਦ ਊਧਮ ਸਿੰਘ ਦਾ ਇਹ ਬੁੱਤ ਜਿਹਨੇ ਬਦਲਾ ਲਿਆ ਸੀ, ਇਹ ਉਹ ਸ਼ਹੀਦ ਸੀਗੇ ਪੰਜਾਬ ਦੇ ਜਿਨ੍ਹਾਂ ਨੇ ਜਾ ਕੇ ਕਿੰਨੇ ਸਾਲਾਂ ਉਦੋਂ ਬੱਚਾ ਸੀ ਇੱਥੋਂ ਮਿੱਟੀ ਚੁੱਕ ਕੇ ਉਹਨਾਂ ਸਹੁੰ ਖਾਧੀ ਸੀ ਵੀ ਮੈਂ ਬਦਲਾ ਲਊਂਗਾ। ਇਹਨਾਂ ਨੇ ਸਾਨੂੰ ਇਹ ਕੁਰਬਾਨੀਆਂ ਦੇ ਕੇ ਆਜ਼ਾਦੀ ਦੇ ਦਿੱਤੀ, ਉਸ ਤੋਂ ਬਾਅਦ ਸੰਭਾਲਣ ਦੀ ਜ਼ਿੰਮੇਵਾਰੀ ਸਾਡੀ, ਅਸੀਂ ਸੰਭਾਲ ਹੀ ਨਹੀਂ ਪਾ ਰਹੇ। ਬਾਕੀ ਤੁਸੀਂ ਕਿਹਾ ਸੀ ਸਾਡਾ ਰੋਡ ਮੈਪ ਵਿਜ਼ਨ ਕੀ ਆ, ਇੱਕ ਵਿਜ਼ਨ ਹੈ ਸਾਡਾ ਬਾਰਡਰ ਖੋਲ੍ਹਣਾ, ਸਰਕਾਰ ਬਣਾਉਣ, ਲੋਕੀ ਐਫੀਡੇਵਿਟ ਦੇਵਾਂਗੇ ਸਰਕਾਰ ਵੱਲੋਂ ਕਿ ਇੱਥੇ ਕੋਈ ਹੈਂਕੀ ਪੈਂਕੀ ਨਹੀਂ ਹੋਈ, ਪਰ ਸੈਂਟਰ ਸਰਕਾਰ ਬਾਰਡਰ ਉਹਨਾਂ ਦੇ ਅੰਡਰ ਆ, ਸਕੈਨਰ ਲਾਉਣ, ਸਿਕਿਉਰਿਟੀ ਟਾਈਟ ਕਰਨ, ਵਪਾਰ ਨਾ ਬੰਦ ਕਰਨ ਬੰਦਰਗਾਹਾਂ ਤੋਂ, ਜਿੱਥੋਂ ਗੁਜਰਾਤ ਦੀਆਂ ਬੰਦਰਗਾਹਾਂ ਦੇ ਬਾਕੀ ਬੰਦਰਗਾਹ ਸਮੁੰਦਰ ਰਾਹੀਂ ਜਿਹੜਾ ਵਪਾਰ ਹੁੰਦਾ ਉੱਥੇ ਹਥਿਆਰ ਨਹੀਂ ਫੜੇ ਜਾਂਦੇ, ਉੱਥੇ ਹੈਰੋਇਨ ਨਹੀਂ ਫੜੀ ਜਾਂਦੀ, ਅਤੇ ਉਹ ਵਪਾਰ ਬੰਦ ਕਰਤਾ। ਇਹੀ ਵਪਾਰ ਦੁਬਈ ਥਰੂ ਪਾਕਿਸਤਾਨ ਨਾਲ ਹੋ ਰਿਹਾ, ਇਹ 30 ਕਿਲੋਮੀਟਰ ਆ, ਇਹ ਖੁੱਲ੍ਹ ਜੇ ਅਤੇ ਪੰਜਾਬ ਖੁਸ਼ਹਾਲ ਹੋ ਜੇ, ਪੰਜਾਬ ਦਾ ਵਪਾਰ ਖੁਸ਼ਹਾਲ ਹੋ ਜੇ। ਬਾਕੀ ਤੁਹਾਨੂੰ ਦੱਸਿਆ ਇਹਨੂੰ ITC ਬਣਾਉਣਾ ਸੀ, ਇਹਨੂੰ ਮੈਡੀਸਿਟੀ ਬਣਾਉਣਾ ਸੀ, ਇਹਨੂੰ ਸਪੋਰਟਸ ਸਿਟੀ ਬਣਾਉਣਾ ਸੀ, ਇਹਨੂੰ ਬੰਗਲੌਰ ਅਤੇ ਗੁੜਗਾਵਾਂ ਤੋਂ ਅੱਗੇ ਲੈ ਕੇ ਜਾਣਾ ਸੀ, 1-5 ਸਾਲ ਹੋਰ ਦਿਨ ਦੇ ਲੈ ਕੇ ਜਾਂਦੇ, ਪਰ ਜੇ ਸੁਪਨਾ ਸਾਡਾ ਟੁੱਟਾ ਨਹੀਂ ਗਾ। ਤੁਸੀਂ ਬਤੌਰ ਵਿਧਾਇਕ, ਬਤੌਰ ਕੈਬਨਿਟ ਮੰਤਰੀ ਪੰਜਾਬ ਦੇ ਵਿੱਚ ਲੋਕਾਂ ਦੇ ਲਈ ਸੇਵਾ ਕਰ ਚੁੱਕੇ ਹੋ,
ਪਰ ਹੁਣ ਪਹਿਲੀ ਵਾਰ ਤੁਸੀਂ ਲੋਕ ਸਭਾ ਦੇ ਲਈ ਇੱਕ ਜਿਹੜਾ ਅਸੀਂ ਕਹਿ ਸਕਦੇ ਕਿ ਲੋਕ ਸਭਾ ਦੇ ਚੋਣ ਵਿਧਾਨ ਦੇ ਵਿੱਚ ਤੁਹਾਨੂੰ ਉਤਾਰਿਆ ਗਿਆ, ਤਾਂ ਉਹ ਕਿੰਨੀ ਕੁ ਵੱਡੀ ਚੁਣੌਤੀ ਹੈ ਜਾਂ ਪੰਜਾਬ ਦੇ ਵਿੱਚ ਮੰਤਰੀ ਹੁੰਦਿਆਂ ਤੁਸੀਂ ਐਸੇ ਕਿਹੜੇ ਕੰਮ ਕੀਤੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਹੁਣ ਕਰ ਸਕਦੇ ਹੋ? ਮੈਨੂੰ ਕੋਈ ਕੰਮ ਅੱਜ ਤੱਕ ਔਖਾ ਨਹੀਂ ਲੱਗਾ ਰਾਜੀਵ ਜੀ, ਅਤੇ ਕੰਮ ਔਖਾ ਹੁੰਦਾ ਵੀ ਕੋਈ ਨਹੀਂ, ਇੱਥੇ ਹੋਣਾ ਚਾਹੀਦਾ, ਇੱਛਾ ਹੋਣੀ ਚਾਹੀਦੀ ਆ, ਜਿੱਥੇ ਚਾਹ ਉੱਥੇ ਰਾਹ, ਇੱਛਾ ਨਾ ਰਸਤੇ ਆਪਣੇ ਆਪ ਬਣਦੇ ਆ। ਇਹ ਅੰਮ੍ਰਿਤਸਰ ਦੀਆਂ ਪਾਪੜ ਵੜੀਆਂ ਪੂਰੀ ਦੁਨੀਆ 'ਚ ਮਸ਼ਹੂਰ, ਹਰ ਕੋਈ ਜਾਣਦਾ, ਪਰ ਅੱਜ ਕੱਲ੍ਹ ਸਿਆਸਤ ਦੇ ਵਿੱਚ ਇਹਨਾਂ ਦਾ ਬੜਾ ਜ਼ਿਕਰ ਕੀਤਾ ਜਾ ਰਿਹਾ। ਅੱਗੇ ਵੀ ਜਾਂਦੀਆਂ ਵਾ ਪਾਪੜ ਵੜੀਆਂ, ਤੇ ਆਲਰੇਡੀ ਜਿਹੜੀਆਂ ਵਾ ਉਹ ਬਾਹਰ ਜਾਂਦੀਆਂ ਵਾ, ਐਕਸਪੋਰਟ ਪਾਪੜ ਵੜੀਆਂ ਦੀ ਅੱਗੇ ਹੀ ਹੁੰਦੀ ਆ। ਬਾਕੀ ਇਹ ਗਿਫਟ ਆ ਅੰਮ੍ਰਿਤਸਰ ਦਾ, ਇਹ ਜੋ ਬਣਿਆ ਇਹ ਅਜੂਬਾ ਬਣਿਆ, ਜਿਹੜਾ ਸੁਖਬੀਰ ਬਾਦਲ ਦੀ ਵਿਲ ਪਾਵਰ ਆ, ਇਹ ਸਾਡੀ ਸਰਕਾਰ ਦੀ, ਮੇਰੇ ਕੋਲ ਅਰਬਨ ਡਿਵੈਲਪਮੈਂਟ ਮਿਨਿਸਟਰੀ ਸੀ, ਇਹ ਸਾਡਾ ਰੋਲ ਆ ਇਹਦੇ 'ਚ, ਇਹ ਟੈਂਡਰ ਸਾਰੇ ਅਨਿਲ ਜੋਸ਼ੀ ਦੇ ਹੱਥੀਂ ਹੋਏ ਆ। ਤਾਂ ਬਿਲਕੁਲ ਮੈਂ ਉਹੀ ਪੁੱਛਣ ਜਾ ਰਿਹਾ ਸੀ। ਹੁਣ ਸਭ ਤੋਂ ਇੱਕ ਅਹਿਮ ਸਵਾਲ ਇਹ ਹੈ ਕਿ ਜਦੋਂ ਅੰਮ੍ਰਿਤਸਰ ਲੋਕ ਸਭਾ ਸੀਟ ਦੀ ਗੱਲ ਕਰਦੇ ਹਾਂ ਤਾਂ ਨਾਲ ਨਾਲ ਕਈ ਜਿਹੜੇ ਹਲਕੇ ਨੇ ਉਹ ਪਿੰਡਾਂ ਦੇ ਨਾਲ ਸੰਬੰਧਿਤ ਨੇ, ਭਾਵੇਂ ਉਹ ਮਜੀਠਾ, ਰਾਜਾ ਸੰਸੀ ਹੈ, ਅਟਾਰੀ ਹੈ, ਤਾਂ ਪਿੰਡਾਂ ਦੇ ਵਿੱਚ ਜਾ ਕੇ ਅਨਿਲ ਜੋਸ਼ੀ ਵਿਚਰ ਰਹੇ ਨੇ ਲੋਕਾਂ ਦੇ ਵਿੱਚ, ਕਿਉਂਕਿ ਕੁਝ ਪਾਰਟੀਆਂ ਦਾ ਤਾਂ ਸਰੇਆਮ ਵਿਰੋਧ ਹੋ ਰਿਹਾ, ਵੀਡੀਓ ਵਾਇਰਲ ਹੋ ਰਹੀਆਂ ਨੇ ਲਗਾਤਾਰ, ਤੁਸੀਂ ਲੋਕਾਂ ਦੇ ਵਿੱਚ ਜਾ ਕੇ ਬਹਿ ਰਹੇ ਹੋ, ਗੱਲਬਾਤ ਕਰ ਰਹੇ ਹੋ? ਇੰਨਾ ਘੁੰਗਾਰਾ ਵੀ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ। ਮੈਂ ਤਾਂ ਲੋਕਾਂ ਜਾਣਾ ਇੰਨੇ ਹਜ਼ਾਰਾਂ ਦੀ ਗਿਣਤੀ ਇਕੱਠੇ, ਮੈਂ ਕਿਹਾ ਜੀ ਮੈਂ ਤਾਂ ਇੱਥੇ ਕਦੀ ਆਇਆ ਨਹੀਂ, ਤੁਹਾਡੇ 'ਚ ਇੰਨਾ ਉਤਸ਼ਾਹ ਮੈਨੂੰ ਵੇਖ ਕੇ ਕਿਉਂ ਆ? ਪਾਰਟੀ ਅਕਾਲੀ ਦਲ ਹੈ, ਪੰਥਕ ਪਾਰਟੀ ਮੰਨੀ ਜਾਂਦੀ ਹੈ, ਖਾਸ ਤੌਰ 'ਤੇ ਕਿਹਾ ਜਾਂਦਾ ਕਿ ਇਹ ਇੱਕ ਵਿਸ਼ੇਸ਼ ਇੱਕ ਵਰਗ ਦੀ ਪਾਰਟੀ ਹੈ, ਪਰ ਇੱਕ ਹਿੰਦੂ ਕੈਂਡੀਡੇਟ ਨੂੰ, ਇੱਕ ਜਿਹਦੇ ਕੋਲ ਵਪਾਰੀ ਦਾ ਵੀ ਤਜਰਬਾ ਹੈ, ਕਿਸਾਨੀ ਦਾ ਵੀ ਤਜਰਬਾ ਹੈ, ਔਰ ਇੱਕ ਸਿਆਸਤਦਾਨ ਦਾ ਵੀ, ਪ੍ਰੈਕਟੀਕਲੀ ਕੰਮ ਵੀ ਕਰਕੇ, ਉਹ ਕਿੰਨੀ ਕੁ ਵੱਡੀ ਤੁਹਾਡੇ ਲਈ ਇੱਕ ਉਪਲਬਧੀ ਹੈ ਜਾਂ ਚੁਣੌਤੀ ਹੈ? ਮੈਨੂੰ ਕੋਈ ਚੁਣੌਤੀ ਨਹੀਂ, ਮੈਂ ਤੁਹਾਨੂੰ ਦੱਸਿਆ ਮੈਂ ਪਿੰਡਾਂ 'ਚ ਰਿਹਾ, ਸਾਡਾ ਇੱਥੇ ਪੰਜਾਬ ਜਿਹੜਾ ਗੁਲਦਸਤਾ ਵਾ, ਸਾਨੂੰ ਕਦੀ ਆਪਸ ਯਾਰ ਦੋਸਤ ਮਿਲਦੇ ਆ, ਸਿੱਖ ਆ, ਹਿੰਦੂ ਆ, ਕਦੀ ਇਹ ਅਹਿਸਾਸ ਹੀ ਨਹੀਂ ਹੋਇਆ ਅੰਦਰ ਕੌਣ ਸਿੱਖ ਆ ਕੌਣ ਹਿੰਦੂ ਆ, ਕਿਉਂਕਿ ਅਸੀਂ ਗੁਰੂ ਘਰਾਂ 'ਚ ਨਤਮਸਤਕ ਹੁੰਦੇ ਹਾਂ, ਗੁਰੂਆਂ ਪ੍ਰਤੀ ਸ਼ਰਧਾ ਵਾ। ਦਿੱਲੀ ਵਾਲੀਆਂ ਪਾਰਟੀਆਂ ਦਾ ਮਤਲਬ ਜਿਤਨਾ ਅੰਗਰੇਜ਼ ਰਾਜ ਕਰਨ ਆਉਂਦੇ ਉਹ ਦਿੱਲੀਓਂ ਰਾਜ ਕਰਨ ਆਉਂਦੇ, ਰਿਮੋਟ ਉੱਥੋਂ ਚਲਾਉਂਦੇ, ਬਾੜੀ ਦੇ ਅੱਗੇ ਤਾਂ ਪੁਤਲੀਆਂ ਵਾ, ਅੱਗੇ ਪੁਤਲੀਆਂ ਦਾ ਤਮਾਸ਼ਾ ਵਾ, ਪਾਵਰ ਉੱਥੇ ਦਿੱਲੀ ਆ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਫੈਸਲੇ ਪੰਜਾਬ 'ਚ ਕਰਦੀ ਆ, ਪੰਜਾਬ ਦੇ ਲੋਕਾਂ ਦੀਆਂ ਭਾਵਨਾ ਦੇ ਉੱਤੇ ਫੈਸਲੇ ਹੁੰਦੇ ਆ, ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਜ਼ਰੂਰਤਾਂ ਵੇਖ ਕੇ ਫੈਸਲੇ ਹੁੰਦੇ ਆ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਗਰੀਬਾਂ ਦੀਆਂ ਵੈਲਫੇਅਰ ਸਕੀਮਾਂ, ਕਿਸਾਨਾਂ ਦੀ ਬਿਜਲੀ ਮਾਫ਼, ਕਿਸਾਨਾਂ ਦੇ ਸੰਦਾਂ ਦੇ ਉੱਤੇ ਟੈਕਸ ਮਾਫ਼, ਖੁਸ਼ਹਾਲੀ, ਭਾਈਚਾਰਾ, ਸਭ ਕੁਛ ਜੇ ਕਰ ਪਾਇਆ ਸ਼੍ਰੋਮਣੀ ਅਕਾਲੀ, ਇਸੇ ਕਰਕੇ ਕਿਤੋਂ ਹੁਕਮ ਲੈਣ ਦੀ ਜ਼ਰੂਰਤ ਨਹੀਂ ਪਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਜਦੋਂ ਤੁਸੀਂ ਕਿਹਾ ਕਿ ਮੈਂ ਜਦੋਂ ਕਿਸਾਨਾਂ ਦੀ ਆਵਾਜ਼ ਦੇ ਵਿੱਚ ਆਵਾਜ਼ ਬੁਲੰਦ ਕੀਤੀ, ਉਹਨਾਂ ਦੇ ਹੱਕ ਦੇ ਵਿੱਚ ਬੋਲਿਆ, ਉਦੋਂ ਤੁਹਾਡਾ ਵਿਰੋਧ ਹੋਇਆ, ਪਰ ਜਦੋਂ 4 ਮਹੀਨੇ ਬਾਅਦ ਉਹੀ ਕਾਨੂੰਨ ਵਾਪਸ ਲੈ ਲਏ, ਫਿਰ ਸਰਕਾਰ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਕਿਸਾਨ ਵੀ ਘਰੋ ਘਰੀ ਆ ਗਏ, ਕੀ ਤੁਹਾਡੇ ਤੱਕ ਬੀਜੇਪੀ ਦੇ ਕਿਸੇ ਆਗੂ ਨੇ ਬਾਅਦ 'ਚ ਪਹੁੰਚ ਕੀਤੀ ਕਿ ਅਨਿਲ ਜੋਸ਼ੀ ਸਹੀ ਸੀ? ਸਭ ਕਰਦੇ ਰਹੇ, ਪਰ ਮੈਨੂੰ ਦਿੱਲੀ ਦੇ ਨਾਲ ਖਲੋਣਾ ਪਸੰਦ ਹੀ ਨਹੀਂ, ਵੀ ਪੰਜਾਬ ਦੇ ਮੁੱਦੇ ਹੋਣ ਤੇ ਸਾਡੇ ਮੂੰਹ ਤੇ ਤਾਲਾ ਵੱਜੇ, ਪੰਜਾਬ ਦੇ ਮੁੱਦੇ ਹੋਣ ਤੇ ਪੰਜਾਬੀ ਨੂੰ ਪੰਜਾਬ ਦੇ ਨਾਲ ਖੜਾ ਹੋਣਾ ਚਾਹੀਦਾ। ਭਗਵਾਨ ਦੇ ਉੱਤੇ ਭਰੋਸੇ ਤੋਂ ਇਲਾਵਾ ਲੋਕਾਂ ਤੋਂ ਕਿੰਨੀ ਕੁ ਆਸ ਉਮੀਦ ਹੈ ਅਨਿਲ ਜੋਸ਼ੀ ਨੂੰ? ਦੇਖੋ ਲੋਕ ਅੱਜ ਦੀ ਰੇਟ ਦੇ ਵਿੱਚ ਤਾਂ ਲੋਕ ਹੀ ਰੱਬ ਵੀ ਹੈ, ਲੋਕਤੰਤਰ 'ਚ ਲੋਕਤੰਤਰ 'ਚ ਵੋਟ ਜਿਹਦੇ ਕੋਲ ਜਿਹਦੇ ਕੋਲ ਅਸੀਂ ਕੁਛ ਮੰਗਣਾ ਉਹ ਰੱਬ ਹੀ ਆ। ਇੱਕ ਗੁਰੂ ਘਰ ਤੋਂ ਮੰਗਦੇ ਹਾਂ ਹੈਂ ਵੀ ਤੂੰ ਆਸ਼ੀਰਵਾਦ ਰੱਖੀਂ, ਤਾਕਤ ਦਈਂ, ਸਿਹਤ ਦਈਂ, ਅਸੀਂ ਆਪਣੀ ਜ਼ਿੰਮੇਵਾਰੀ ਡਿਊਟੀ ਪੂਰੀ ਕਰ ਪਾਈਏ, ਅਤੇ ਦੂਜਾ ਜਿਹਨੇ ਡਾਇਰੈਕਟ ਦੇਣਾ ਵੀ ਉਹਦੀ ਵੋਟ ਨਾਲ ਹੀ ਸਾਨੂੰ ਪਾਵਰ ਮਿਲਣੀ ਹੈ। ਇਹ ਜੀਵਨ ਸਮਰਪਿਤ ਆ ਹੁਣ, ਇਸ ਜੀਵਨ 'ਚ ਹੁਣ ਇਹੀ ਇੱਛਾ ਵਾ ਕਿ ਜੇ ਲੋਕ ਮੌਕਾ ਦਿੰਦੇ ਇਹੋ ਜਿਹੇ ਕੰਮ ਕਰ ਦਈਏ ਵੀ ਪੀੜ੍ਹੀਆਂ ਯਾਦ ਰੱਖਣ, ਬਸ। ਧੰਨਵਾਦ ਜੀ ਜੋਸ਼ੀ ਸਾਹਿਬ, ਬਹੁਤ ਬਹੁਤ
ਤਾਂ ਇਹਨੇ ਅਨਿਲ ਜੋਸ਼ੀ ਜਿਹੜੇ ਕਿ ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ, ਤਾਂ ਉਹਨਾਂ ਨੇ ਆਪਣਾ ਜਿਹੜਾ ਵਿਜ਼ਨ ਹੈ ਅੰਮ੍ਰਿਤਸਰ ਨੂੰ ਲੈ ਕੇ ਉਹ ਵੀ ਸਪਸ਼ਟ ਕੀਤਾ। ਔਰ ਲੋਕ ਸਭਾ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਇੱਕ ਵਾਰ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਰਹਿਣ ਦਾ ਵੀ ਮੌਕਾ ਮਿਲਿਆ, ਤਾਂ ਉਸ ਵੇਲੇ ਉਹਨਾਂ ਵੱਲੋਂ ਕਿਹੜੇ ਕਿਹੜੇ ਕੰਮ ਕੀਤੇ ਗਏ ਸੀ ਉਹਨਾਂ ਦਾ ਵੀ ਜ਼ਿਕਰ ਅਨਿਲ ਜੋਸ਼ੀ ਕਰਦੇ ਹੋਏ ਨਜ਼ਰ ਆਏ। ਪਰ ਸਭ ਤੋਂ ਜਿਹੜੀ ਵੱਡੀ ਗੱਲ ਉਹਨਾਂ ਨੇ ਕਹੀ ਕਿ ਉਹਨਾਂ ਦਾ ਇੱਕ ਵਾਰ ਸਿਆਸਤ ਤੋਂ ਮਨ ਜ਼ਰੂਰ ਉੱਠਿਆ ਸੀ ਔਰ ਉਸ ਵੇਲੇ ਉਹਨਾਂ ਨੇ ਸੋਚਿਆ ਕਿ ਉਹ ਸਿਆਸਤ ਤੋਂ ਕਿਨਾਰਾ ਕਰਨਗੇ, ਪਰ ਫਿਰ ਇਸ ਤਰੀਕੇ ਦੇ ਹਾਲਾਤ ਬਣੇ ਕਿ ਉਹਨਾਂ ਦਾ ਇੱਕ ਵਾਰ ਫਿਰ ਇਹ ਸਬੱਬ ਬਣਿਆ ਕਿ ਲੋਕਾਂ ਦੀ ਸੇਵਾ ਕੀਤੀ ਜਾਵੇ। ਔਰ ਹੁਣ ਉਹਨਾਂ ਦਾ ਦਾਅਵਾ ਕਿ ਅੰਮ੍ਰਿਤਸਰ ਦੇ ਲੋਕ ਉਹਨਾਂ ਨੂੰ ਇਸ ਵਾਰ ਵੋਟਾਂ ਪਾ ਕੇ ਲੋਕ ਸਭਾ ਸੀਟ ਤੋਂ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ ਔਰ ਅਨਿਲ ਜੋਸ਼ੀ ਅੰਮ੍ਰਿਤਸਰ ਦੇ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਸੇਵਾ ਕਰਦੇ ਹੋਏ ਇਸੇ ਤਰ੍ਹਾਂ ਵਿਚਰਦੇ ਹੋਏ ਨਜ਼ਰ ਆਉਣਗੇ। ਪਰ ਹੁਣ ਅੰਮ੍ਰਿਤਸਰ ਦੇ ਲੋਕ ਇਹ ਤੈਅ ਕਰਨਗੇ ਕਿ ਆਖਿਰਕਾਰ 1 ਜੂਨ ਨੂੰ ਉਹ ਕਿਸ ਨੂੰ ਵੋਟਾਂ ਪਾਉਂਦੇ ਨੇ ਔਰ ਕਿਸ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਲੋਕ ਸਭਾ ਮੈਂਬਰ ਬਣਾ ਕੇ ਭੇਜਦੇ ਨੇ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ।